हाँ जी, की हाल चाल है सारे? आई होप कि तुम सारे वधिया होंगे। अज हैगा 30 अक्टूबर, तो टाइम हो रहा तकरीबन 11 बजते पे है। तो अब थोड़ा मैं दिखाऊँगा, आज संडे है बाय द वे, तो अज आप देखा आप सारा दिन की करते हैं। तो होप करदा कि तुम सारे ब्लॉग वधिया लगेगा। तो आप हूँ ब्रेकफास्ट करना वा, ब्रेकफास्ट तुम दिखाता की अपने को। हाँ जी, तो अज का स्पैशल ब्रेकफास्ट है आलू पूरी तो रायता, तो देखने से तो बड़ा टेस्टी लग रहा। चलो खाने हैं। Artificial love, we just make it up, 'cause reality will never be good enough, and even if it was, we just mess it up, 'cause we already lost, addicted to the rush, I never meant to fall, all I wanted was a touch of artificial love, we just make it up. अज मैं बन रहा पग, तो मेरे पग बनूगा मेरा दोस्त हरमीत जट साहब, जेडे कि तैयार हो चुके हैं। दर्शन करा जरा अपने, खड़े हुए करा दो दर्शन अपने पूरे, आ देख लो जी, ये थोड़े शाही ने। तो आप अज पग बनोंगे, तो तुम मैं कमेंट सैक्शन से जरूर दस्यो तो किवें लगी पग मेरे। तो अगर तुम चाहते हो कि इदा के मैं डेली ब्लॉग लैके आवा, तो प्लीज़ मैं दस्यो कमेंट सैक्शन से, तो चैनल प्लीज़ सबसक्राइब कर लियो। तो चलो आप मिलते हैं वीडियो में। हाँ, मेरा रूम है जी, मैंने कमेंट करके जरूर दस कि लगे मेरा रूम थोड़ा मैसी हो पर दिखाई जरा हालत ये मेरे ऑटोमैटिक लोग है चोरे लगता हाँ लोग जिन्हें भी गेट खोलना इन्हू ला के फिर खोलता भाई। डॉक्टर साहब थोड़े की विचार ने ਇਹਦੇ ਬਾਰੇ? ਉਹ ਮਾੜੇ ਵਿਚਾਰ ਕਿੰਦੇ ਬਾਰੇ? ਇਹ ਮੇਰੇ ਆਟੋਮੈਟਿਕ ਹੈ, ਇਹ ਸਮਝੋ ਗੱਲ ਨੂੰ ਕੀ ਕੀਤਾ ਪਾ ਉਹਨੂੰ ਗਿੱਲੀ ਕਰ ਲਈ। ਚਲੋ ਕਰੀਏ ਸਟਾਰਟ ਫਿਰ। ਕਰੋ ਕਰੋ। ਤੁਹਾਡੇ ਤਾਂ ਪੱਗ ਬਹੁਤ ਜ਼ਬਰਦਸਤ ਲੱਗ ਰਹੀ ਹੈ, ਕੀ ਬਾਤ ਹੈ! ਇਹਨੂੰ ਕੀ ਕਿਹੜਾ ਸਟਾਈਲ ਕਹਿੰਦੇ ਇਹਨੂੰ? ਦੇਸੀ ਸਟਾਈਲ। ਚਲੋ ਦੱਸਿਓ ਜ਼ਰੂਰ ਕਿਵੇਂ ਲੱਗੀ ਵੀਡੀਓ, ਠੀਕ ਹੈ ਜੀ? ਚਲੋ ਕਰੀਏ ਸਟਾਰਟ ਫਿਰ ਆਪਾਂ। ਚਲੋ Even if it was, we just mess it up. Artificial love. Artificial love. Artificial love. We just make it up, 'cause reality will never be good enough. And even if it was, we just mess it up. इन्हां नंबर डिस्क्रिप्शन च पा देंगे, जिन्हें पग बनवानी संपर्क कर सकते। जट साहब ने यार जिन्ना दे बुरशे नी बरशा तो की डरदे यार दी हाक बजी ते उवे बड़े माहौल माड़ी मोटी खा लेने पाली टावर होवे कड्डनी तां चिट्टे पा लेने चमके मडू साहडे अखां उत्ते यार दे यारी साडी ने आया जी।
ਸ਼ੂਟ ਹੋ ਗਿਆ ਸੀ ਕੰਪਲੀਟ। ਆਫਟਰ ਸ਼ੂਟ ਅਸੀਂ ਸੋਚਿਆ ਵੀ ਗੁਰਦੁਆਰੇ ਜਾਇਆ ਜਾਵੇ। ਵੈਸੇ ਮੈਂ ਹਰੇਕ ਸੰਡੇ ਆਪਣੇ ਫਰੈਂਡ ਨਾਲ ਗੁਰਦੁਆਰੇ ਜਾਂਦਾ। ਇਹ ਗੁਰਦੁਆਰਾ ਹੈ ਲੁਧਿਆਣੇ ਦਾ ਫੇਮਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਤੇ ਮੈਂ ਤੇ ਮੇਰਾ ਦੋਸਤ ਰਮੀਤ ਇੱਥੇ ਹਰੇਕ ਸੰਡੇ ਮੱਥਾ ਟੇਕਣ ਆਉਂਦੇ ਹਾਂ, ਤੇ ਬਹੁਤ ਸ਼ਾਂਤੀ ਮਿਲਦੀ ਸਾਨੂੰ ਉਰੇ ਆ ਕੇ। ਜਦੋਂ ਤੁਸੀਂ ਦੇਖ ਹੀ ਸਕਦੇ ਹੋ ਗੁਰਦੁਆਰੇ ਦੀ ਐਂਬੀਅੰਸ ਵੀ ਬਹੁਤ ਜ਼ਿਆਦਾ ਵਧੀਆ ਵਾ। ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਅਸੀਂ ਆ ਗਏ ਸੀ ਲੁਧਿਆਣੇ ਦੀ ਲੋਕਲ ਮਾਰਕੀਟ, ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਮਾਰਕੀਟ ਬਹੁਤ ਹੀ ਜ਼ਿਆਦਾ ਫੇਮਸ ਹੈ ਲੁਧਿਆਣੇ 'ਚ। ਇੱਥੇ ਹਰੇਕ ਹਰੇਕ ਚੀਜ਼ ਮਿਲਦੀ ਆ, ਜੋ ਮਰਜ਼ੀ ਤੁਸੀਂ ਇਸ ਮਾਰਕੀਟ ਤੋਂ ਲੈ ਸਕਦੇ ਹੋ। ਮਤਲਬ ਕਿ ਮੈਂ ਦੱਸ ਨਹੀਂ ਸਕਦਾ ਕਿ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦਾ ਜਦੋਂ ਕਿ ਮੈਂ ਮਾਰਕੀਟ ਘੁੰਮਦਾ ਵਾਂ ਆਪਣੇ ਦੋਸਤ ਨਾਲ। ਅਸੀਂ ਹਰੇਕ ਸੰਡੇ ਆਫਟਰ ਮੱਥਾ ਟੇਕਣ ਤੋਂ ਬਾਅਦ ਅਸੀਂ ਇਸ ਮਾਰਕੀਟ 'ਚ ਐਕਸਪਲੋਰ ਕਰਦੇ ਰਹਿੰਦੇ ਹਾਂ, ਦੇਖਦੇ ਰਹਿੰਦੇ ਹਾਂ, ਅਤੇ ਉਰੇ ਖਾਣ ਪੀਣ ਦੇ ਆਈਟਮਸ ਵੀ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ। ਅਸੀਂ ਬਹੁਤ ਜ਼ਿਆਦਾ ਲਾਈਕ ਕਰਦੇ ਹਾਂ ਕਿ ਸੰਡੇ ਨੂੰ ਉਰੇ ਆ ਕੇ ਖਾਇਆ ਪੀਆ ਕਰੀਏ। ਹਾਂਜੀ, ਘੁੰਮਣ ਤੋਂ ਬਾਅਦ ਅਸੀਂ ਆਪਣੇ ਫੇਵਰੇਟ ਸਪੋਟ ਤੇ ਪਹੁੰਚ ਗਏ ਸੀਗੇ, ਜੋ ਕਿ ਹੈ ਦੁੱਧ ਸੋਡਾ। ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ, ਜਦੋਂ ਮੈਂ ਫਸਟ ਟਾਈਮ ਟਰਾਈ ਕੀਤਾ ਸੀ ਮੈਂ ਤਾਂ ਦੱਸ ਨਹੀਂ ਸਕਦਾ, ਮੈਨੂੰ ਬਹੁਤ ਵਧੀਆ ਲੱਗਿਆ। ਤੇ ਇਹਦੇ ਵਿੱਚ ਮੇਰਾ ਫੇਵਰੇਟ ਜਿਹੜਾ ਫਲੇਵਰ ਆ ਉਹ ਹੈਗਾ ਰੋਜ਼, ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਹੈਲਦੀ ਵੀ ਆ, ਵਧੀਆ ਵੀ ਆ, ਤੇ ਕੋਸਟ ਘੱਟ ਵੀ ਹੈ। ਬਾਏ ਦਾ ਵੇ ਇਸ ਮਾਰਕੀਟ ਦਾ ਜੋ ਨਾਮ ਹੈ ਉਹ ਹੈਗਾ ਫੀਲਡਗੰਜ। ਜੋ ਲੋਕ ਲੁਧਿਆਣੇ ਤੋਂ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਇਸ ਮਾਰਕੀਟ ਬਾਰੇ। ਤੇ ਮੈਂ ਇਸ ਮਾਰਕੀਟ ਵਿੱਚ ਘੁੰਮਣਾ ਬਹੁਤ ਜ਼ਿਆਦਾ ਪਸੰਦ ਕਰਦਾ, ਕਿਉਂਕਿ ਇੱਥੇ ਬਹੁਤ ਤਰ੍ਹਾਂ ਦੀ ਚੀਜ਼ਾਂ ਖਾਣ ਪੀਣ ਦੀਆਂ ਵੀ, ਤੇ ਕੱਪੜੇ ਵਗੈਰਾ ਤੇ ਹੋਰ ਬਾਕੀ ਅਸੈਸਰੀਜ਼ ਵੀ ਬਹੁਤ ਵਧੀਆ ਮਿਲਦੀਆਂ ਨੇ। ਤੇ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਇਸ ਮਾਰਕੀਟ ਦੀ ਖੂਬਸੂਰਤੀ। ਤੇ ਆਫਟਰ ਡੈਟ ਅਸੀਂ ਫਿਰ ਸੋਚਿਆ ਕਿ ਚਲੋ ਚਾਂਪਾ ਵੀ ਖਾਧੇ ਜਾਣ, ਬਹੁਤ ਜ਼ਿਆਦਾ ਟੇਸਟੀ ਚਾਂਪ ਹੁੰਦੀ ਹੈ ਪੂਰੇ ਦੀ, ਤੇ ਅਸੀਂ ਚਾਂਪ ਦਾ ਆਰਡਰ ਦਿੱਤਾ। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਡਿਲੀਸ਼ੀਅਸ ਚਾਂਪ ਸੀਗੀ। ਤੇ ਆਈ ਹੋਪ ਯੂ ਇੰਜੋਏ ਦੀ ਵਲੋਗ। ਅਗਰ ਤੁਹਾਨੂੰ ਇਹ ਵਲੋਗ ਵਧੀਆ ਲੱਗਿਆ ਤਾਂ ਪਲੀਜ਼ ਸਬਸਕ੍ਰਾਈਬ, ਸ਼ੇਅਰ ਐਂਡ ਕਮੈਂਟ, ਤੇ ਮਿਲਦੇ ਕਿਸੇ ਅਗਲੇ ਵਲੋਗ ਵਿੱਚ। ਟਿਲ ਦੈਨ ਬਾਏ।